ਸਤਿ ਸ੍ਰੀ ਅਕਾਲ ਦੋਸਤੋ, ਕਿਵੇਂ ਕੀ ਹਾਲ ਚਾਲ ਹੈ ਜੀ? ਅੱਜ ਦੀ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ 41ਵੀਂ ਕਾਰਡ ਮਾਸਟਰ ਕੈਡਰ ਬਾਰੇ ਜੋ ਕੈਂਡੀਡੇਟ ਕੋਲ ਕਰਕੇ ਪੁੱਛ ਰਹੇ ਨੇ ਕਿ ਸਰ 25% ਵੇਟਿੰਗ ਲਿਸਟ ਜਿਹੜੀ ਹੈ ਉਹ ਕਲੀਅਰ ਹੋ ਗਈ, ਯਾਨੀ ਕਿ ਕੁੱਲ ਮਿਲਾ ਕੇ ਅਗਰ 20 ਕੈਂਡੀਡੇਟ ਨੇ ਆਪਣੇ ਵੇਟਿੰਗ ਦੇ ਵਿੱਚ, ਠੀਕ ਹੈ, ਕਿਸੇ ਵਿਸ਼ੇ ਦੇ ਵਿੱਚ, ਮੰਨ ਲਓ ਇੰਗਲਿਸ਼ 'ਚ ਜਾਂ ਮੈਥ 'ਚ ਜਾਂ ਕਿਸੇ ਹੋਰ ਵਿਸ਼ੇ 'ਚ, ਤਾਂ 20 ਦੇ ਵਿੱਚੋਂ ਕੀ 5 ਕੈਂਡੀਡੇਟ ਨੂੰ ਜੁਆਇਨ ਕਰਵਾਇਆ ਜਾਏਗਾ? ਦੋਸਤੋ, ਇਹੋ ਜਿਹਾ ਕੁਝ ਨਹੀਂ ਹੁੰਦਾ ਹੈ। ਜਿੰਨੀਆਂ ਪੋਸਟਾਂ ਹੋਣਗੀਆਂ ਉਨੀਆਂ ਹੀ ਭਰੀਆਂ ਜਾਣਗੀਆਂ। ਅਗਰ 600 ਪੋਸਟ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ 605 ਪੋਸਟਾਂ ਕਲੀਅਰ ਕਰ ਦੇਣਗੇ ਜਾਂ ਇਹਨਾਂ ਨੂੰ ਜੁਆਇਨ ਕਰ, ਨਹੀਂ, ਇੱਦਾਂ ਨਹੀਂ ਹੁੰਦਾ। ਜਿੱਥੇ ਜਿਹੜੀ ਪੋਸਟ ਖਾਲੀ ਬਚੂਗੀ, ਠੀਕ ਹੈ, ਕਿਸੇ ਵੀ ਕੈਟਾਗਰੀ ਦੇ ਵਿੱਚ, ਉਹ ਪੂਰੀ ਯਾਨੀ ਉਹਨੂੰ ਜੁਆਇਨ ਜ਼ਰੂਰ ਕਰਾਇਆ ਜਾਏਗਾ ਜਿਹਦਾ ਵੀ ਅੱਗੇ ਰੈਂਕ ਹੋਏਗਾ, ਠੀਕ ਹੈ, ਓਕੇ। ਅਤੇ ਸਰਕਾਰਾਂ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਦੀਆਂ ਜੇ ਕੋਈ ਕੈਂਡੀਡੇਟ ਸਮਝ ਲਓ ਕਿ ਕੋਈ ਜੁਆਇਨ ਕਰ ਗਿਆ, ਠੀਕ ਹੈ, ਔਰ 2-2.5 ਸਾਲ ਉਹ ਜੋਬ ਕਰ ਰਿਹਾ, ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਅਗਰ ਰਿਜ਼ਲਟ ਰਿਵਾਈਜ਼ ਹੋ ਜਾਂਦਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ, ਤਾਂ ਸਮਝ ਲੈਣਾ ਕਿ ਉਹ ਕੈਂਡੀਡੇਟ ਦਾ ਅਗਰ ਮੈਰਿਟ ਤੋਂ ਨੰਬਰ ਬਾਹਰ ਹੋ ਗਿਆ ਤਾਂ ਉਹਨੂੰ ਵੀ ਸਰਕਾਰਾਂ ਅੱਡ ਕਰ ਦਿੰਦੀਆਂ ਨੇ ਆਪਣੀ ਪੋਸਟ ਤੋਂ। ਇਹ ਇਗਜ਼ੈਂਪਲ ਹੋਈ ਹੈ 337-04 ਐਕਸ ਸਰਵਿਸਮੈਨ ਕੈਂਡੀਡੇਟ, ਨਾਮ ਨਹੀਂ ਲੈਣਾ ਚਾਹਾਂਗਾ, ਪੰਜਾਬੀ ਮਾਸਟਰ ਕੈਡੇਟ 171 ਪੋਸਟਾਂ ਦੇ ਵਿੱਚ ਐਕਸ ਸਰਵਿਸਮੈਨ ਕੈਂਡੀਡੇਟ, ਓਕੇ। ਪੀ ਐੱਸ ਟੈਟ 2021, 2022, 2023 ਦਾ ਪੈਂਡਿੰਗ, ਬਿਲਕੁਲ ਪੈਂਡਿੰਗ ਹੈ। ਹਰ ਸਾਲ ਪੀ ਐੱਸ ਟੈਟ ਹੋਣਾ ਚਾਹੀਦਾ ਸੀ, ਲੇਕਿਨ ਸਰਕਾਰਾਂ ਜਾਣ ਬੁੱਝ ਕੇ ਮੈਂ ਕਹਾਂਗਾ ਕਿ ਇਹਨੂੰ ਅੱਗੇ ਵਧਾ ਦਿੰਦੀਆਂ ਨੇ, ਠੀਕ ਹੈ, ਔਰ ਚੜ੍ਹਦੇ ਸਿਆਲ ਦੇ ਵਿੱਚ ਕਈ ਵਾਰ ਨੋਟੀਫਿਕੇਸ਼ਨ ਆਊਟ ਹੁੰਦਾ ਹੈ ਅਤੇ ਅਗਲੇ ਸਾਲ ਜਾ ਕੇ ਫਿਰ ਇਹਦਾ ਐਗਜ਼ਾਮ ਹੁੰਦਾ ਹੈ। ਪਿਛਲੇ 2-3 ਸਾਲ ਤੋਂ ਇਵੇਂ ਹੋਇਆ। ਅਗਰ ਕਿਸੇ ਦਾ 2020 ਦਾ ਟੈਟ ਦਾ ਸਰਟੀਫਿਕੇਟ ਹੈ ਤਾਂ ਉਹਦੇ ਉੱਪਰ ਲਿਖਿਆ ਹੋਊਗਾ ਕਿ ਇਹ 2018 ਦਾ ਟੈਟ ਹੈ ਜੀ, 2018 ਦਾ 2020 'ਚ ਹੋਇਆ ਸੀ, 2021 'ਚ ਕੋਈ ਟੈਟ ਨਹੀਂ ਹੋਇਆ ਜੀ। ਅਤੇ 2000 ਅਗਰ ਗੱਲ ਕਰੀਏ ਕਿ ਜਿਹੜਾ 22 'ਚ ਟੈਟ ਹੋਇਆ ਸੀ, ਜਿਹਦਾ ਰਿਜ਼ਲਟ ਆਮ ਆਦਮੀ ਪਾਰਟੀ ਨੇ ਬਹੁਤ ਡਿਲੇ ਨਾਲ ਘੋਸ਼ਿਤ ਕੀਤਾ ਸੀ, ਤਾਂ ਉਹ ਟੈਟ ਸੀਗਾ 2019 ਦਾ। 2020 ਦਾ ਜਿਹੜਾ ਟੈਟ ਸੀ ਦੋਸਤੋ, ਉਹ ਹੋਇਆ ਸੀ ਆਪਣਾ 2023 ਦੇ ਵਿੱਚ, ਠੀਕ ਹੈ। ਅਤੇ ਕੁੱਲ ਮਿਲਾ ਕੇ ਹੁਣ ਮੈਂ ਇਹ ਗੱਲ ਤੁਹਾਨੂੰ ਦੱਸ ਦਿੰਦਾ ਕਿ 2021-22-23 ਅਤੇ 3 ਸਾਲ ਦਾ ਜਿਹੜਾ ਟੈਟ ਉਹ ਪੈਂਡਿੰਗ ਪਿਆ ਹਾਲੇ ਤੱਕ ਵੀ। ਅਤੇ ਸਮੇਂ 'ਤੇ ਟੈਟ ਨਹੀਂ ਕਰਵਾਉਂਦੀਆਂ ਸਰਕਾਰਾਂ, ਇਸ ਕਰਕੇ ਇੰਝ ਹੀ ਹੁੰਦਾ ਆ ਰਿਹਾ ਹਰ ਸਾਲ, ਠੀਕ ਹੈ। ਅਤੇ ਹੁਣ ਗੱਲ ਕਰ ਲੈਂਦੇ ਹਾਂ ਲੈਕਚਰਰ ਕੈਡਰ PTI ਅਸਿਸਟੈਂਟ ਪ੍ਰੋਫੈਸਰ ਨੋਟੀਫਿਕੇਸ਼ਨ ਦੀ। PTI ਦਾ ਨੋਟੀਫਿਕੇਸ਼ਨ ਕਦੋਂ ਵੀ ਆ ਸਕਦਾ ਹੈ, ਠੀਕ ਹੈ, ਔਰ ਲੈਕਚਰਰ ਕੈਡਰ ਦਾ ਨੋਟੀਫਿਕੇਸ਼ਨ ਇਸ ਸਾਲ ਆਉਣ ਦੀ ਜ਼ਰੂਰ ਸੰਭਾਵਨਾ ਹੈ, ਕਦੋਂ ਆਏਗਾ ਨਹੀਂ ਪਤਾ ਜੀ, ਲੇਕਿਨ ਓਵਰਏਜ ਵਾਲਿਆਂ ਨੂੰ ਜ਼ਰੂਰ ਇੱਥੇ ਵਿੱਚ ਜਿਹੜੀ ਸਹੂਲਤ ਹੈ ਮਿਲ ਸਕਦੀ ਹੈ। ਅਸਿਸਟੈਂਟ ਪ੍ਰੋਫੈਸਰ ਨੋਟੀਫਿਕੇਸ਼ਨ, PPSC ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ, ਅਤੇ ਉਮੀਦ ਹੈ ਕਿ ਇਸ ਸਾਲ ਇਹ ਨੋਟੀਫਿਕੇਸ਼ਨ ਵੀ ਆ ਜਾਏਗਾ, 646 ਹੈ ਨਾ ਪੋਸਟਾਂ ਦਾ। ਔਰ ਮਾਸਟਰ ਕੈਡਰ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ, ਜਦੋਂ ਆਵੇਗੀ ਤਾਂ ਆਪਾਂ ਜ਼ਰੂਰ ਦੱਸਾਂਗੇ ਜੀ। ਧੰਨਵਾਦ।